ਸੋਹਣੇ ਸੋਹਣੇ ਨਰਮ ਗੁੱਟਾਂ ਦੇ ਉੱਤੇ ਹੱਥ ਕੜੀਆਂ ਲਾਈਆਂ ਗਈਆਂ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸੂਬੇ ਦੇ ਹੁਕਮ ਅਨੁਸਾਰ ਠੰਡੇ ਬੁਰਜ ਵਿੱਚ ਬੰਦ ਕੀਤਾ ਗਿਆ। ਸਾਰੀ ਰਾਤ ਕੁਝ ਖਾਣ ਨੂੰ ਨਾ ਦਿੱਤਾ ਗਿਆ। 13 ਪੋਹ ਦਾ ਦਿਨ ਚੜ੍ਹਨ ਵਾਲਾ ਹੋਇਆ। ਸ਼ਹਿਰੀ ਨੇ ਕਿਹਾ ਰਾਤ ਗਈ ਦਿਨ ਚੜ੍ਹ ਗਿਆ, ਪਏ ਫੁੱਟੀ ਨਾਲ ਸਵੇਰ। ਅੱਗੋਂ ਸੁੱਤੀ ਮਾਤਾ ਜਗਪੀ ਉੱਠੀ ਕਹਿ ਸਤਿਗੁਰ ਇੱਕ ਵੇਰ। ਉਹਨੇ ਦੋਵੇਂ ਲਾਲ ਜਗਾ ਲਏ, ਕਹਿੰਦੀ ਉੱਠੋ ਮੇਰੇ ਸ਼ੇਰ, ਵੇ ਤੁਸੀਂ ਵਿੱਚ ਕਚਹਿਰੀ ਜਾਵਣਾ, ਪੈ ਗਿਆ ਭਾਵੀ ਦਾ ਗੇੜ। ਵੇ ਪੁੱਤਰਾ ਦੋ ਦਿਨ ਰਹਿਣਾ ਜੱਗ ਤੇ, ਮੁੜ ਕੇ ਨੀ ਜੰਮਣਾ ਫੇਰ। ਅੱਜ ਗੱਜ ਕੇ ਫਤਿਹ ਬੁਲਾਵਣੀ, ਤੁਸੀਂ ਬਣ ਕੇ ਸਿੰਘ ਦਲੇਰ। ਦਿਨ ਚੜ੍ਹ ਗਿਆ। ਮਾਨੀ ਖਾਨ ਥਾਣੇਦਾਰ ਬੱਚਿਆਂ ਨੂੰ ਲੈਣ ਵਾਸਤੇ ਆ ਗਿਆ। ਮਾਤਾ ਜੀ ਨੇ ਬੱਚਿਆਂ ਦੇ ਪੀੜੀਆਂ ਪੁਸ਼ਾਕਾਂ ਪਹਿਨਾਈਆਂ। ਦੋ ਸਹਿਜਾਦੇ 10ਵੇਂ ਗੁਰਾਂ ਦੇ ਲਾਲ ਸੂਬੇ ਦੀ ਕਚਹਿਰੀ ਵੱਲ ਇਉਂ ਜਾ ਰਹੇ ਆ ਬਈ। ਸੂਬੇ
ਸ਼ਲਾਟਾ।